ਇਹ ਤੁਸੀਂ ਦੇਖ ਰਹੇ ਹੋ ਦੋਸਤੋ ਅਸਲਾਮ ਅਲੈਕੁਮ ਜਿੱਤ ਦੀ ਖੁਸ਼ੀ ਮਾਸ਼ਾਅੱਲਾ ਉਸਤਾਦ ਚੌਧਰੀ ਸੁਲਤਾਨ ਗਰੁੱਪ 311 ਦੁਨੀਆਪੁਰ ਦੇ ਵਿੱਚ ਜਿੱਤੇ ਨੇ ਅਤੇ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਮਾਸ਼ਾਅੱਲਾ ਮੰਨ ਰਹੇ ਨੇ ਆਪਣੇ ਉਸਤਾਦ ਨੂੰ ਬਹੁਤ ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਜਿਹੜੇ ਕਿ ਉਸਤਾਦ ਚੌਧਰੀ ਸੁਲਤਾਨ ਸਾਹਿਬ ਨੂੰ ਇੰਨਾ ਮਾਨ ਸਨਮਾਨ ਦੇ ਰਹੇ ਨੇ ਤਾਰਕ ਭਾਈ ਇਹਨਾਂ ਦੇ ਸ਼ਾਗਿਰਦ ਦੇ ਖਾਸ ਮਾਸ਼ਾਅੱਲਾ 311 ਦੇ ਵਿੱਚੋਂ ਅਤੇ ਲਵ ਯੂ ਸਾਰੇ ਦੋਸਤਾਂ ਨੂੰ ਜਿਨ੍ਹਾਂ ਨੇ ਸਪੋਰਟ ਕੀਤੀ ਕਬੂਤਰ 21 ਉੜੇ ਸੀ 311 ਦੁਨੀਆਪੁਰ ਦੇ ਵਿੱਚ ਜਿਹੜੇ ਕਿ ਦੂਸਰ ਦੇ ਵਿੱਚ 6:32 'ਤੇ ਸਾਡਾ ਜਿਹੜਾ ਕਬੂਤਰ ਵਧਿਆ ਮਾਸ਼ਾਅੱਲਾ ਔਰ 7 ਵਜੇ ਉਤਰਿਆ ਦੇਖ ਰਹੇ ਹੋ ਤੁਸੀਂ ਸਾਡਾ ਗਰੁੱਪ ਉਸਤਾਦ ਸਾਦਿਕ ਸਾਹਿਬ ਸਾਡੇ ਵੀਰ ਮੀਆਂ ਚੰਨੂ ਤੋਂ ਔਰ ਉਸਤਾਦ ਚੌਧਰੀ ਸੁਲਤਾਨ ਸਾਹਿਬ ਦੇ ਨਾਲ ਵੀਰ ਬੁੱਲੇ ਸ਼ਾਹ ਸਾਹਿਬ ਅਤੇ ਇਹ ਸਾਡੇ ਸ਼ਾਗਿਰਦ ਖਾਸ ਆਸਫ ਭੱਟੀ ਬਾਈ ਅਤੇ ਇਹ ਗੰਭ ਸਾਹਿਬ ਮਾਸ਼ਾਅੱਲਾ ਅਤੇ ਇੱਧਰ ਇਹ ਵੀਰ ਨੇ ਸਾਰੇ ਸਾਡੇ ਔਰ ਅੱਜ ਜੀ ਜਿੱਤ ਦੀ ਖੁਸ਼ੀ ਔਰ ਜਸ਼ਨ ਜਿਹੜਾ ਮਨਾ ਰਹੇ ਨੇ ਇਹ ਸਾਡੇ ਗਰੁੱਪ ਦੀ ਸ਼ਾਨ ਯੂਨਸ ਬਾਈ ਮਾਸ਼ਾਅੱਲਾ ਅਤੇ ਸਾਰੇ ਦੋਸਤਾਂ ਨੂੰ ਚੌਧਰੀ ਆਸਫ ਪ੍ਰਿੰਸ ਦੀ ਤਰਫੋਂ 311 ਦਾ ਜਿਹੜਾ ਆ ਪੁਆਇੰਟ ਆਪਾਂ ਦੜਾ ਵਿਨ ਕੀਤਾ ਔਰ ਮਜ਼ੇਦਾਰੀ ਦੀ ਗੱਲ ਮੈਂ ਥੋੜ੍ਹਾ ਜਿਹਾ ਵੀਰਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਇਸ ਛੱਤ ਤੋਂ 9 ਬਾਜ਼ੀਆਂ ਹਰੇ ਨੇ ਇਹ ਵੀਰਾਂ ਨੇ ਮੁਖਤਲਿਫ ਉਸਤਾਦਾਂ ਨੂੰ ਜਿਹੜਾ ਚੈੱਕ ਕੀਤਾ ਉਹਨਾਂ ਦੀ ਉਸਤਾਦੀ ਚੈੱਕ ਕੀਤੀ ਲੇਕਿਨ ਇਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ ਲੇਕਿਨ ਉਸਤਾਦ ਚੌਧਰੀ ਸੁਲਤਾਨ ਸਾਹਿਬ ਨੂੰ ਫਿਰ ਇਹਨਾਂ ਨੇ ਦਾਵਤ ਦਿੱਤੀ ਅਤੇ ਉਸਤਾਦ ਚੌਧਰੀ ਸੁਲਤਾਨ ਸਾਹਿਬ ਅੱਜ ਦੂਸਰ ਦੇ ਵਿੱਚ ਮਾਸ਼ਾਅੱਲਾ ਇਹਨਾਂ ਨੇ ਕਾਮਯਾਬੀ ਦਿੱਤੀ ਆ ਔਰ ਬੜੇ ਬੜੇ ਉਸਤਾਦ ਇੱਥੇ ਆਏ ਸੀ ਅਤੇ ਚੌਧਰੀ ਆਸਫ ਪ੍ਰਿੰਸ ਦਾ ਇੱਕ ਮੈਸੇਜ ਆ ਦੋਸਤਾਂ ਨੂੰ ਕਿ ਹਾਰ ਕੇ ਤੁਸੀਂ ਬਾਜ਼ੀਆਂ ਕਦੀ ਵੀ ਜ਼ਿਦੋਰ ਅਨਾਹ ਦਾ ਮਸਲਾ ਨਾ ਬਣਾਓ ਇੱਕ ਕਬੂਤਰ ਪਰਵਰੀ ਇੱਕ ਬਹੁਤ ਅੱਛਾ ਸ਼ੌਕ ਆ ਇਸ ਤੋਂ ਸਿੱਖਣ ਨੂੰ ਕੁਛ ਮਿਲਦਾ ਹੈ ਔਰ ਇਸ ਤੋਂ ਦਿਲ ਨੂੰ ਸਕੂਨ ਪਹੁੰਚਦਾ ਹੈ ਤੁਸੀਂ ਕਬੂਤਰ ਪਰਵਰ ਬਣੋ ਕਬੂਤਰ ਬਾਜ਼ ਨਾ ਬਣੋ ਅਤੇ ਸਾਰੇ 311 ਦੇ ਦੋਸਤਾਂ ਨੂੰ ਮੇਰੇ ਵੱਲੋਂ ਮੈਸੇਜ ਵੀ ਔਰ ਖਾਸ ਕਰ ਸਾਲਸਾ ਨੂੰ ਜਿਨ੍ਹਾਂ ਨੇ ਬਹੁਤ ਅੱਛੀ ਜਿਹੜੀ ਆ ਸਾਲਸੀ ਦਾ ਕਿਰਦਾਰ ਅਦਾ ਕੀਤਾ ਹੈ ਕਿ ਸਾਡਾ 15 ਮਿੰਟ ਕਬੂਤਰ ਜਿਹੜਾ ਲੇਟ ਛੁੱਟਿਆ ਸੀ ਉਹਨਾਂ ਨੇ ਐਂਡ 'ਤੇ ਸਾਡਾ ਕਬੂਤਰ ਜਿਹੜਾ 15 ਮਿੰਟ ਟਾਈਮ ਕਰਕੇ ਫਿਰ ਸਾਨੂੰ ਜਿਹੜੀ ਹੈ ਜਿੱਤ ਜਿਹੜਾ ਸਾਡੇ ਨਾਮ ਕੀਤੀ ਹੈ ਅਤੇ ਚੌਧਰੀ ਆਸਫ ਪ੍ਰਿੰਸ ਵੱਲੋਂ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਲਵ ਯੂ ਦਿਲ ਗਾਰਡਨ ਗਾਰਡਨ ਕਰਤਾ ਇੱਕ ਨਾਰਾ ਮਾਰੋ ਪਾਕਿਸਤਾਨ ਪਾਕਿਸਤਾਨ ਉਸਤਾਦ ਚੌਧਰੀ ਸੁਲਤਾਨ ਉਸਤਾਦ ਚੌਧਰੀ ਸੁਲਤਾਨ ਗਰੁੱਪ ਉਸਤਾਦ ਸਾਦਿਕ ਉਸਤਾਦ ਜਾਨੀ ਬੁੱਲੇ ਸ਼ਾਹ ਭਾਈ ਯੂਨਸ ਦੋਸਤੋ ਬਹੁਤ ਬਹੁਤ ਮੁਬਾਰਕ ਹੋਵੇ 311 ਚੱਕ ਨੰਬਰ ਦੁਨੀਆਪੁਰ ਦੇ ਵਿੱਚ ਅੱਜ ਉਸਤਾਦ ਚੌਧਰੀ ਸੁਲਤਾਨ ਸਾਹਿਬ ਮੋੜ ਦੇ ਵਿੱਚ ਜਿੱਤੇ ਨੇ ਮਾਸ਼ਾਅੱਲਾ 6:13 'ਤੇ ਆਪਣੇ ਕਬੂਤਰ ਜਿੱਤੇ ਨੇ ਇਹ ਦੇਖ ਰਹੇ ਹੋ ਤੁਸੀਂ ਉਸਤਾਦ ਚੌਧਰੀ ਸੁਲਤਾਨ ਗਰੁੱਪ ਜ਼ਿੰਦਾਬਾਦ ਉਸਤਾਦ ਚੌਧਰੀ ਸੁਲਤਾਨ ਗਰੁੱਪ ਜ਼ਿੰਦਾਬਾਦ ਉਸਤਾਦ ਸਾਦਿਕ ਜ਼ਿੰਦਾਬਾਦ ਪੀਰ ਢੋਲਾ ਜ਼ਿੰਦਾਬਾਦ ਉਸਤਾਦ ਸਾਦਿਕ ਕੀ ਬਾਤ ਹੈ ਜੀ ਮਾਸ਼ਾਅੱਲਾ ਉਸਤਾਦ ਚੌਧਰੀ ਸੁਲਤਾਨ ਸਾਹਿਬ ਦੇਖ ਰਹੇ ਹੋ ਤੁਸੀਂ ਬਹੁਤ ਅੱਜ ਟਫ ਮੈਚ ਹੋਇਆ 311 ਦੇ ਵਿੱਚ ਮੇਰਾ ਇਹ ਮਹਿਜ਼ ਦੂਸਰਾ ਟਾਈਮ ਆ ਇੱਥੇ ਆਇਆ ਵਾਂ ਲੇਕਿਨ ਅੱਜ ਬਹੁਤ ਮਜ਼ਾ ਆਇਆ ਜਿਹੜਾ ਆਪਣਾ ਮੈਚ ਬੜਾ ਟਫ ਹੋਇਆ ਵਾ ਅਤੇ ਐਂਡ 'ਤੇ 2 ਘਰਾਂ ਦੇ ਕਬੂਤਰ ਰਹਿ ਗਏ ਸੀ ਇਹ ਦੂਸਰੇ ਦਿਨ ਮਾਸ਼ਾਅੱਲਾ ਆਪਾਂ 6:13 'ਤੇ ਜਿੱਤੇ ਹਾਂ ਅਤੇ ਇਹ ਕਬੂਤਰ ਆਪਣਾ ਦੇਖ ਸਕਦੇ ਹੋ ਤੁਸੀਂ ਜਿਸ ਦਾ ਨਾਮ ਹੈ ਸੁਲਤਾਨ ਕਿਵੇਂ ਠੱਪ ਰਿਹਾ ਮਾਸ਼ਾਅੱਲਾ ਕੀ ਬਾਤ ਹੈ ਮਹਿਜ਼ ਛੋਟਾ ਬੱਚਾ ਇੱਕ ਬਿਠਾ ਲਿਆ ਵਾ ਮਾਸ਼ਾਅੱਲਾ ਸਾਰੇ ਦੋਸਤਾਂ ਨੂੰ ਗਰੁੱਪ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਖਾਸ ਕਰ ਸਾਲਸੀ 311 ਉਡਾਂ ਵਾਲੀ ਦੇ ਜਿਨ੍ਹਾਂ ਨੇ ਇੰਨੀ ਮੁਹੱਬਤ ਕੀਤੀ ਪਿਆਰ ਕੀਤੀ ਬੜਾ ਰਸ਼ ਆ ਅੱਜ ਦੇਖੋ ਮੋਟਰਸਾਈਕਲਾਂ ਦੀਆਂ ਲਾਈਨਾਂ ਲੱਗੀਆਂ ਅਤੇ ਬੜਾ ਟਫ ਮੁਕਾਬਲਾ ਹੋਇਆ ਬਹੁਤ ਬੜੇ ਬੜੇ ਜਿਹੜੇ ਆ ਉਸਤਾਦ ਆਏ ਹੋਏ ਸੀ ਅਤੇ ਇਹਨਾਂ ਦੇ ਵਿੱਚੋਂ ਅੱਜ ਉਸਤਾਦ ਚੌਧਰੀ ਸੁਲਤਾਨ ਸਾਹਿਬ ਨੂੰ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਸਾਲਸੀ ਸਾਹਿਬ ਅਤੇ ਉਸਤਾਦ ਚੌਧਰੀ ਸੁਲਤਾਨ ਸਾਹਿਬ ਜਾ ਰਹੇ ਆ ਛੱਤ 'ਤੇ ਇਹ ਸਾਲਸੀ ਸਾਹਿਬ ਬੈਠੇ ਨੇ ਭਾਅ ਜੀ ਹੋ ਗਿਆ ਟਾਈਮ ਪੂਰਾ ਚਲੋ ਜੀ ਮਾਸ਼ਾਅੱਲਾ ਅਤੇ ਇਹ ਦੇਖ ਲਓ ਜੀ ਕਬੂਤਰ ਇੱਕ ਲਾ ਲਿਆ ਵਾ ਉਸਦੀ ਵੀ ਤੁਹਾਨੂੰ ਜਿਹੜੀ ਆ ਜ਼ਿਆਰਤ ਕਰਾਉਂਦੇ ਹਾਂ ਦੇਖ ਸਕਦੇ ਹੋ ਤੁਸੀਂ ਉਸਤਾਦ ਚੌਧਰੀ ਸੁਲਤਾਨ ਜ਼ਿੰਦਾਬਾਦ ਅਤੇ ਉਸਤਾਦ ਜੀ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਵੀਰ ਬਹੁਤ ਬਹੁਤ ਮੁਬਾਰਕ ਹੋਵੇ ਟਾਈਮ ਉਹਨਾਂ ਦਾ ਤੁਸੀਂ ਜਿਹੜਾ ਦੇਤਾ ਅਤੇ ਦੋਸਤੋ ਇਸ ਵੀਡੀਓ ਦੇ ਨਾਲ ਨਾਲ ਮੈਂ ਇੱਕ ਚੀਜ਼ ਵੀ ਤੁਹਾਨੂੰ ਸ਼ੇਅਰ ਕਰ ਦੇਵਾਂ ਕਿ ਪੂਰੇ ਪਾਕਿਸਤਾਨ 'ਚ ਉਸਤਾਦ ਚੌਧਰੀ ਸੁਲਤਾਨ ਗਰੁੱਪ ਨੇ ਅੱਜ ਮਾਸ਼ਾਅੱਲਾ 100ਵੀਂ ਬਾਜ਼ੀ ਜਿੱਤ ਕੇ 100 ਸੈਂਚਰੀ ਮਾਰੀ ਹੈ ਉਸਤਾਦ ਸਾਦਿਕ ਸਾਹਿਬ ਬਹੁਤ ਬਹੁਤ ਮੁਬਾਰਕ ਹੋ ਉਸਤਾਦ ਚੌਧਰੀ ਸੁਲਤਾਨ ਗਰੁੱਪ ਦੀ 100 ਬਾਜ਼ੀ ਪੂਰੀ ਹੋ ਗਈ ਆ ਕੀ ਬਾਤ ਹੈ ਦੇਖ ਸਕਦੇ ਹੋ ਤੁਸੀਂ ਤੋਂ ਇੱਧਰ ਆਵਾਮ ਦਾ ਕਿੰਨਾ ਹਜੂਮ ਹੈ ਰਸ਼ ਹੈ ਮਾਸ਼ਾਅੱਲਾ 311 ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਬਹੁਤ ਬਹੁਤ ਸਾਰੇ ਦੋਸਤਾਂ ਨੂੰ ਮੁਬਾਰਕ ਹੋਵੇ ਪੂਰੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਕਲੱਬ ਐਸੇ ਗਰੁੱਪ ਨੇ ਜਿਨ੍ਹਾਂ ਨੇ ਮਾਸ਼ਾਅੱਲਾ 100+ ਬਾਜ਼ੀਆਂ ਉਡਾਈਆਂ ਨੇ ਜਿਹਨਾਂ ਵਿੱਚ ਨੰਬਰ 1 ਤੇ ਲਜਪਾਲ ਗਰੁੱਪ ਹੈ ਮਾਸ਼ਾਅੱਲਾ ਉਸ ਤੋਂ ਬਾਅਦ ਡੋਗਰ ਗਰੁੱਪ ਹੈ ਔਰ ਫੈਸਲਾਬਾਦ ਦੀ ਅਗਰ ਗੱਲ ਕਰੀਏ ਤਾਂ ਸਾਡੇ ਵੀਰ 96 ਚੱਕ ਤੋਂ ਉਮਰ ਭਾਈ ਉਹਨਾਂ ਨੇ ਵੀ 50+ ਬਾਜ਼ੀਆਂ ਜਿੱਤ ਲਈਆਂ ਨੇ ਔਰ ਰਾਣਾ ਆਸਫ ਉਸਤਾਦ
शकूर गुजर साहब उन्होंने भी 100 बाजियां जीतियां। सब नू सारे दोस्तों बहुत बहुत मुबारक होवे। उस्ताद चौधरी सुल्तान ग्रुप की अज जी 100 बाजी सेंचुरी जी कंप्लीट हुई है। देख सकते हो तुम उस्ताद चौधरी सुल्तान साहब साम कर रहे हैं, साहब दे रहे हैं उस्ताद जानी साहब। तो अगर इस छत की गल करिए 311 की, तो 9 दड़े हुए तो साढ़े दोस्त ये जड़े से मुख्तलिफ जोड़े दोस्त है उस्तादा ने इस छत तो शौक कराया, लेकिन इन्हों कामयाबी हासिल नहीं हुई। तो उस्ताद चौधरी सुल्तान साहब आए, इन्होंने अपना जोड़ा हाथ दिखाया और दूसर दे 6:13 से उस्ताद चौधरी सुल्तान साहब को जोड़ा कामयाबी मिली है। बहुत बहुत सारे दोस्तों मुबारक हो, और जितना भी पूरे पाकिस्तान दोस्तों ने सेंचुरियां की उन्होंने चौधरी आसफ प्रिंस वालों बहुत बहुत मुबारक, और जिन्होंने 50+ की है तो कमेंट करके जरूर दस्यो। अगर किसी दोस्त को चौधरी सुल्तान ग्रुप वालों कोई शक है कि अगर ये बाजियां कितों जीते ने, तो मेरा यूट्यूब चैनल है CH आसफ प्रिंस, उसी उस एक एक वीडियो गेट की किड़े चक चो कितों कितों जीते आ तुम देख सकते हो। और माशाला 20+ बाजियां ऐसा ने मोड़ के जड़ियाँ कि उस्ताद चौधरी सुल्तान साहब ने जीतिया ने, तो साथ दिता साडे वीर उस्ताद सादिक साहब ने, तो अल्लाह ताला इन्हां नूं इन्हां दे उस्तादां नूं जिंदगी दवे। मेरा तो अज बहुत ज़्यादा दिल गार्डन गार्डन है, यह तुसीं देख रहे आसफ भट्टी साहब, तो इन्हां ने माशाला बहुत सारिया बुरे वाले तो बाजियां कढ़िया ने, खानेवाल तो कढ़िया ने, तो उस्ताद साहब माशाला मुबारक दे रहे हैं। तो एक साडा कबूतर जिसका नाम सुल्तान है देख रहे हो तुसीं, उड़ रहा हले 6:30 हो गई और बड़ा फिट फिर रहा है। माशाल्लाह बहुत अज दोस्त खुश ने इस करके भी कि इस छत तो हालांकि बहुत प्यारी छत है खूबसूरत तुसी देख रहे हो, इस तो बदकिस्मती 9 दड़े कोई नहीं जितया। तो उस्ताद चौधरी सुल्तान साहब दुनियापुर 311 चक्के चाहे इन्होंने माशाल्लाह मैदान मारिया। अल्लाह ताला उस्ताद चौधरी सुल्तान ग्रुप में दिन दुगनी रात चुगनी तरक्कियां अता फरमावे। तो साड़ी वीडियो नूं लाइक करके दोस्तों शेयर कर दिओ और कमेंट करके दस्यो कि तुसीं और तुहाडे उस्ताद ने अज तक किन्नियां बाजियां जड़ियां जीतियां ने। पीर डोला साहब दे शागिर्द ने उस्ताद सादिक साहब साडे वीर साडी हैल्प करदे ने, सारे दोस्त नूं बहुत बहुत मुबारक होवे। लव यू, मिलांगे एक नवीं वीडियो दे नाल। रश देख लो कितना